ਜੇੜੀਆ ਜੇ ਡਾਲਰਾਂ ਦਾ ਲਾਲਚ ਹੁੰਦਾ ਨਾ ਤੇ ਆਪਣੀ ਮਾਂ ਤੇ ਮੈਂ ਗਾਲ ਨਾ ਸੁਣਦਾ ਤੇਰੇ ਤੋਂ ਲੱਗੀ ਸਮਝ ਡਾਲਰਾਂ ਦਾ ਲਾਲਚ ਤੈਨੂੰ ਆ ਮੈਨੂੰ ਨਹੀਂ ਨਾਲੇ ਦੂਜੀ ਗੱਲ ਤੂੰ ਇੱਕ ਨਾ ਲਾਈਵ ਆ ਹੁਣ ਹੀ ਤੇਰੇ ਨਾਲ 7 ਮਿੰਟ ਰਿਕਾਰਡਿੰਗ ਤੇ ਗਾਲੀ ਕੀਤੀ ਮੈਂ ਆਡੀਓ ਕਾਲ ਤੇ ਤੂੰ ਮਮਾ ਮਾਵਾਂ ਪੜਾਂ ਦੀਆਂ ਗਾਲਾਂ ਕੱਟਣੀਆਂ ਸ਼ੁਰੂ ਕੀਤੀਆਂ ਇਦੋਂ ਮੈਂ ਵੀ ਕੱਢੀਆਂ ਮੈਂ ਕਹਿੰਦਾ ਤੈਨੂੰ ਮੈਂ ਕੱਢੀਆਂ ਕਿਉਂਕਿ ਮਾਵਾਂ ਪੜਾਂ ਦੀਆਂ ਗਾਲਾਂ ਤੇਰੇ ਤੋਂ ਸੁਣਨੂ ਬੈਠਿਆ ਸੀ ਤੂੰ ਬਦਮਾਸ਼ ਆ ਜੇ ਤੂੰ ਮਾਵਾਂ ਪੜਾਂ ਦੀਆਂ ਗਾਲਾਂ ਕੱਟੇਂਗਾ ਸਾਨੂੰ ਤੇ ਨਾ ਲਾਈਵ ਤਾਂ ਨਹੀਂ ਆਂਦਾ ਤੂੰ ਮਾਵਾਂ ਪੜਾਂ ਦੀਆਂ ਗਾਲਾਂ ਕੱਟੇਂਗਾ ਇਦੋਂ ਮੈਂ ਵੀ ਤੂੰ ਤਾਂ ਗੰਦਾ ਅਸੀਂ ਵੀ ਗਾਲ੍ਹਾਂ ਕੱਢੀਏ ਲੋਕਾਂ ਨੂੰ ਪਤਾ ਲੱਗੇ ਕਿ YouTube ਵਲੌਗਰ ਵੀ ਗਾਲ੍ਹਾਂ ਕੱਢਦੇ ਨੇ ਜੇ ਤੂੰ ਗਾਲ ਕੱਢੇਂਗਾ ਤਾਂ ਅਸੀਂ ਝੁੱਪ ਬੈਠਾਂਗੇ ਤੂੰ ਤਾਂ ਗਾਲ੍ਹਾਂ ਕੱਢ ਬੋਲਣਾ ਚੋਣਾ ਸਾਡੇ ਮੂੰਹ ਤੋਂ ਕਿ ਅਸੀਂ ਕੱਢੀਏ ਤੈਨੂੰ ਗਾਲ੍ਹਾਂ ਲਾਈਵ ਆ ਕੇ ਤੈਨੂੰ ਪਤਾ ਲੱਗੇ ਨਸ਼ੇੜੀਆ ਤੂੰ ਸੁੱਚੀ ਉੱਚੀ ਬਾਤ ਗੱਲ ਕਰੇ ਤੇਰੇ ਨਾਲ ਫੇਰ ਆਈਏ ਲਾਈਵ ਬਿਨਾ ਗਾਣਾ ਤੋਂ ਕੋਈ ਤਰ੍ਹਾਂ ਲਾਈਵ ਨਹੀਂ ਕਰਨੀ ਫਾ ਤੂੰ ਗਾਲ੍ਹਾਂ ਕੱਢ ਕੇ ਲਾਈਵ ਕਰਨੀ ਸਾਨੂੰ ਪਤਾ ਤੂੰ ਗਾਲ੍ਹਾਂ ਕੱਢਣਿਆਂ ਵਿੱਚ ਸ਼ੁਰੂ ਲਾਲ ਬਾਬੇ ਦੀ ਵੀਡੀਓ ਦੇਖੀ ਤੁਸੀਂ ਸਟਾਰਟਿੰਗ ਦੇ ਵਿੱਚ ਦੇਖ ਹੀ ਲੈਣੀ ਹੋਣੀ ਜਿਸ ਦੇ ਵਿੱਚ ਇਹ ਸਿੱਧਾ ਟਾਰਗੇਟ ਕਰ ਰਿਹਾ ਹੈਗਾ ਇਟਲੀ ਵਾਲੇ ਨੂੰ ਤੇ ਇਟਲੀ ਵਾਲ ਨੇ ਇਸ ਦਾ ਰੋਸਟ ਹੈ ਜਿਹੜਾ ਕਿ ਇੱਕ ਕਿਸੀੰਗ ਪ੍ਰੈਂਕ ਕਰਕੇ ਕੀਤਾ ਸੀਗਾ ਕਿਉਂਕਿ ਉਹ ਬਲੌਗ ਦੇ ਵਿੱਚ ਸ਼ਰਿਆਮ ਕਿਸ ਵਗੈਰਾ ਕਰਦਾ ਪਿਆ ਸੀਗਾ ਆਪਣੀ ਵਾਈਫ ਦੇ ਨਾਲ ਤੇ ਇਸੇ ਕਰਕੇ ਹੀ ਉਹਦਾ ਰੋਸਟ ਹੋਇਆ ਤੇ ਜਿਸ ਤੋਂ ਬਾਅਦ ਗੱਲੇ ਨਹੀਂ ਵੱਧ ਗਈ ਕਿ ਇਹਨਾਂ ਨੇ ਕਹਿ ਦਿੱਤਾ ਕਿ ਆਪਾਂ ਲਾਈਵ ਆ ਕੇ ਗੱਲਬਾਤ ਕਰਦੇ ਆਂਗਾ ਲਾਈਵ ਹੋ ਤੇ ਜੇਕਰ ਤੁਸੀਂ ਲਾਈਵ ਦੇ ਵਿੱਚ ਸਾਡਾ ਜਵਾਬ ਨਾ ਦੇ ਸਕੇ ਤਾਂ ਤੁਹਾਨੂੰ ਆਪਣਾ ਚੈਨਲ ਡੀਲੀਟ ਕਰਨਾ ਪਊ ਤੇ ਇਸ ਤੋਂ ਬਾਅਦ ਇਟਲੀ ਵਾਲ ਨੇ ਕੀ ਰਿਪਲਾਈ ਕੀਤਾ ਤੁਸੀਂ ਉਹ ਵੀ ਸਾਰੀ ਅੱਗੇ ਵੀਡੀਓ ਜਰੂਰ ਦੇਖ ਸਬਸਕ੍ਰਾਈਬ ਜਰੂਰ ਕਰ ਲੈ। ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਵਿਚਾਰ ਜਰੂਰ ਦੇ ਕੀ ਕੌਣ ਸਹੀ ਹੈ ਕੌਣ ਗਲਤ ਹੈ। ਮਿਲਦੇ ਆ 6 ਵਜੇ। ਕਿਉਂਕਿ ਤੂੰ ਤੇ ਆਲਰੇਡੀ ਚੱਲਣਾ ਸਾਲਿਆ ਜਿਹੜਾ ਟਾਈਮ ਇੱਥੇ ਬਰਬਾਦ ਕਰਨਾ ਉੱਥੇ ਲਾਈਵ ਹੀ ਆ ਜਾ ਗੱਲ ਹੀ ਮਕਾ। ਇੱਥੇ ਫਿਰ ਤੂੰ ਆ ਕੇ ਕਹਿਣਾ ਅੱਜ ਸੱਚ ਤਾਂ ਨਹੀਂ ਆ। ਇਹ ਨੇ ਇਟਲੀ ਵਾਲੇ ਨੇ ਘਰੂ ਮਾਂ ਕੱਢ ਦਿੱਤੀ ਉਹ YouTube ਤੇ ਵੀਡੀਓ ਪਈ ਹੈ। ਸਾਲਿਆ ਮਾਵਾਂ ਨੂੰ ਕੋ ਘਰੂ ਬਾਹਰ ਕੱਢ ਸਕਦਾ। ਉਹਦਾ ਘਰ ਉਹ ਮੈਨੂੰ ਘਰੂ ਨਾ ਬਾਹਰ ਕੱਢ ਦੇ। ਮੈਂ ਕੌਣ ਹੁੰਨਾ ਘਰ 'ਚ ਸੋ ਲੜਾਈਆਂ ਹੁੰਦੀਆਂ ਰਹਿੰਦੀਆਂ ਨੇ। ਇੱਕੋ ਸਾਲ ਇਹਨਾਂ ਕੋਈ ਮੁੱਦਾ ਨਹੀਂ ਇਟਲੀ ਨੇ। ਉਹ ਵੀਡੀਓ ਤੋਡੇ ਵਾਸਤੇ ਤੂੰ ਕੋਈ ਫੇਰ ਤੁਹਾਡੀ ਬੇਇੱਜ਼ਤੀ ਕਰ ਸਕਾਂ ਮੈਂ ਤਾਂ ਬੋਲੋ ਬਾਬਾ ਵੀਡੀਓ ਪਾ ਮੈਂ ਤੈਨੂੰ ਫੇਰ ਕਹਿੰਦੇ ਵੀਡੀਓ ਪਾ ਜਿਹੜੀ ਪਾਣੀ ਪਾ ਮੇਰੀ ਮਾਂ ਦੀ YouTube ਤੇ ਪਈ ਉਹ ਵੀ ਪਾ ਤੇਰੀ ਜਿਹੜੀ ਹੁਣੇ ਮੇਰੇ ਨਾਲ ਗੱਲਬਾਤ ਹੋਈ ਹੈ ਨਾ ਤੇਰੀ ਮੈਂ ਆਪਣੀ ਮਾਂ ਨਾਲ ਗੱਲਬਾਤ ਕਰਾਈ ਹੈ ਨਾ ਇਹ ਵੀ ਗੱਲ ਐਡ ਕਰਨੀ ਕਿ ਮੇਰੀ ਤੇ ਇਡਲੀ ਵਾਲੇ ਨੇ ਆਪਣੀ ਮਾਂ ਨਾਲ ਗੱਲਬਾਤ ਕਰਾਈ ਉਦ ਰੋਟੀ ਖਾਣ ਦੀ ਸੀ ਉਦ ਉਹ ਕਹਿੰਦੀ ਮੇਰੇ ਮੁੰਡੇ ਹੋਈ ਨਾ ਗੱਲ ਇਹ ਵੀ ਗੱਲ ਐਡ ਕਰਨੀ ਝੂਠ ਨਹੀਂ ਫਲਾਣਾ ਮੇਰੀ ਮਾਂ ਦੀ ਪਈਆਂ ਨੇ ਉਹਨੂੰ ਘਰੋਂ ਬਾਹਰ ਕੱਢਿਆ ਮੈਂ ਸਹੀ ਜੋ ਵੀ ਹੈ YouTube ਤੇ ਪਿਆ ਹੀ ਡਿਲੀਟ ਨਹੀਂ ਕਰਾਇਆ ਉਹ ਵੀ ਪਾ ਤੂ ਪਰ ਇਹ ਵੀ ਕਹਿ ਕੇ ਡੀਰੇਲੇ ਮੈਨੂੰ ਫੋਨ ਲਾ ਕੇ ਕਿਹਾ ਮੇਰੀ ਮਾ ਨਾਲ ਗੱਲਬਾਤ ਕਰਾਈ ਉਹਦੀ ਮਾ ਇਹਦਾ ਮਤਲਬ ਇਹ ਝੂਠ ਫਲਾ ਰਹੇ ਨੇ ਸਾਰੇ ਯੂਟਿਊਬਰ ਉਹਦੀ ਮਾਤ ਘਾ ਰਹੇ ਜੇ ਇਹ ਗੱਲ ਨਾਣਾ ਵਿੱਚ ਐਡ ਕੀਤੀ ਝੂਠ ਫਲਾਇਆ ਫਿਰ ਵੇਖ ਲਈ ਬਸ